कुछ नहीं बीबी, आ दवाइयां दित्तियां रज्जो वास्ते। ना दवाइयां नू मार गोली, मैनू ऐ दस कुड़ी है के मुंडा? कुड़ी है बीबी। हाय बे, आपा तां लुट्टे जावांगे पुत, इहदा की जाना काले मुंह वाली दा, ए तां ऐ पत्थर जम जम धरी जाऊ अपने लई। बीबी, कुड़ियां ते मुंडियां च कोई फर्क नहीं हुंदा, तुसी भी तां कुड़ी सी, मैं भी एक कुड़ी हां। फिर इस जगदी जननी नाल एनी नफरत क्यों? क्यों बीबी? ऐ तन्नू बुद्धू बनांदी है बुद्धू, तू बनी ना, मैं तेरी माँ है माँ, मेथों बद किने सुख मंगनी है तेरी? ए ता तन्नू उंगला ते चढ़ाई फिर दिया फपे कुटनी। बे पुत, कदी बग्गे भी काले हो या? मेरी माँ ऑपरेशन करा दे। नहीं, मैं पाप नहीं होन देना, तुसी कुछ बोलते क्यों नहीं? हाय बे, सड़के कर्म साडे मां पुत दे, केड़े माड़े टाइम से हेड़ ल्यांदी उलछनी आ गई चार लीरा टैची च पाके। बे तेरा जोंदे जी इस दुनिया तो ना मुका देना इस भूतड़ी दे। ले, ए कौन हुंदी अपनी मर्जी करन वाली? इत्थे तेरी मर्जी नहीं चलनी, मैं अपना वंश चलाउणा, वंश जो कि धीआं नाल नहीं पुत्तां नाल चलदा है, समझी? जी रब दा वास्ता इंज ना कहो, ਤੁਸੀਂ ਹੋਣ ਵਾਲੇ ਇਸ ਬੱਚੀ ਦੇ ਬਾਪ ਹੋ, ਕਿੱਦਾਂ ਚਿਹਰਾ ਪਾਊਗਾ ਤੁਹਾਡਾ ਇਹਨੂੰ ਮਾਰਨ ਦਾ? ਮੈਨੂੰ ਕੱਖ ਨਹੀਂ ਪਤਾ, ਕੰਨ ਖੋਲ ਕੇ ਸੁਣ ਲਾ, ਕੱਲ ਅਪਰੇਸ਼ਨ ਕਰਾਉਣਾ, ਅਪਰੇਸ਼ਨ। ਮੈਂ ਵੀ ਦੇਖਦੀ ਹਾਂ ਕਿੱਦਾਂ ਜੰਪਦੀ ਹੈ ਕੁੜੀ। ਸ਼ਿੰਦਾ ਨਹੀਂ ਆਇਆ ਅੱਜ, ਅੱਗੇ ਤਾਂ ਟਾਈਮ ਨਾਲੇ ਆ ਜਾਂਦਾ ਸੀ। ਉਹ ਅੱਜ ਮੈਨੂੰ ਲੱਗਦਾ ਕਿਤੇ ਮਿਸ ਹੋ ਗਿਆ ਉਹ। ਓਏ ਆ ਜੂਗਾ। ਲੈ ਆਓ, ਆ ਗਿਆ ਸ਼ਿੰਦਾ। ਉਹ ਸਤਿ ਸ੍ਰੀ ਅਕਾਲ ਚਾਚਾ ਸਿਆ। ਉਹ ਹੋਰ ਬਾਈ ਠੀਕ ਹੋ? ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਓ ਕੀ ਹਾਲ ਆ ਸ਼ਿੰਦਿਆ? ਲੈ ਆ ਗਿਆ ਯਾਰਾਂ ਦਾ ਯਾਰ, ਯਾਦ ਏ ਕੀਤਾ ਸੀ ਬਾਈ ਸ਼ਿੰਦਿਆ ਤੈਨੂੰ। ਆ ਪੈਗ ਪਾ ਯਾਰ ਗੇਲੇ। ਓ ਯਾਰ ਸ਼ਿੰਦਿਆ, ਓਏ ਕੱਲ ਤੈਨੂੰ ਭੋਲੀ ਡਾਕਟਰੀ ਨਾਲ ਦੇਖਿਆ ਸੀ, ਓਏ ਸੁੱਖਾ ਕੰਜਰਾ। ਸੁੱਖੀ ਹੈ ਯਾਰ, ਰੱਬ ਝੂਠ ਨਾ ਬੁਲਾਵੇ, ਸੁੱਖੀ ਆ ਕੇ ਲਿਆ। ਓਏ ਨਿੱਕਾ ਨਿਆਣਾ ਹੋਣ ਵਾਲਾ ਭਾਬੀ ਦੇ ਲਾ ਬਾਈ। ਓਏ ਪਰ ਇਹ ਸਾਲਾ ਐਂ ਬੁੱਥੀ ਲਟਕਾਈ ਬੈਠਾ, ਲੈ ਪੈਗ ਪਾ ਦੂੰ। ਕੁਝ ਨਹੀਂ ਯਾਰ, ਮੈਨੂੰ ਕੁੜੀ ਨਹੀਂ ਚਾਹੀਦੀ, ਭਰਜਾਈ ਤੁਹਾਡੀ ਇਹ ਗੱਲ ਮੰਨਦੀ ਨਹੀਂ ਤੇ ਬੀਬੀ ਲੜਾਈ ਕਰੀ ਜਾਂਦੀ ਹੈ, ਮੈਂ ਤਾਂ ਦੁਖੀ ਹੋਇਆ ਪਿਆ ਯਾਰ। ਓ ਸ਼ਿੰਦਿਆ, ਜੇ ਕੁੜੀ ਆ ਨਾ ਤਾਂ ਇੱਕ ਨਾ ਗਿਣ, ਚੁੱਪ ਕਰਕੇ ਸਫਾਈ ਕਰਾ ਦੇ ਸਫਾਈ। ਆ ਦੇਖਿਆ ਨਾ,
ਓਏ ਮੈਨੂੰ ਵੀ ਬੜਾ ਚਾਅ ਸੀ ਧੀ ਜੰਮੀ ਦਾ, ਦੇਖ ਲਿਆ ਨਾ ਕੀ ਚੰਨ ਚੜਾਇਆ। ਖੇ ਪਾਤੀ ਸਿਰ ਚ ਖੇ, ਮੂੰਹ ਦਿਖਾਣ ਜੋਗਾ ਨੀ ਛੱਡਿਆ ਕਿਤੇ, ਮੂੰਹ ਦਿਖਾਣ ਜੋਗਾ ਮੈਨੂੰ। ਓ ਸਹੀ ਕਹਿਣਾ ਚਾਚਾ ਸਿਆਂ। ਓਏ ਹਾਂ ਚਾਚਾ ਸਿਆਂ, ਓਏ ਤਾਂ ਹੀ ਤਾਂ ਡਰਦੇ ਨੇ ਲੋਕ ਧੀਆਂ ਜੰਮਣ ਤੋਂ। ਓਏ ਧੀ ਦਾ ਦੁੱਖ ਬਾਲਾ ਵੱਡਾ ਹੁੰਦਾ ਚਾਚਾ ਸਿਆਂ। ਓਏ ਜਦੋਂ ਜਵਾਨ ਧੀ ਕਿਸੇ ਦੇ ਸਿਰ ਸਵਾਹ ਪਾ ਦੇ ਨਾ। ਹਾਂ ਬਾਈ। ਓਏ ਪੁੱਛਿਆ ਕਿਸੇ ਨੇ ਧਰਤੀ ਬੇਲੀ ਦੰਦੀ। ਓਏ ਇੱਕ ਮਰੇ ਨੀ ਜਾਂਦਾ ਬਸ। ਓਏ ਮੇਰੇ ਤੋਂ ਵੱਧ ਹੋਰ ਕੌਣ ਜਾਣ ਸਕਦਾ। ਮਾਪੇ ਰਾਖੀ ਕਰਦੇ ਮਰ ਜਾਂਦੇ ਆ ਚਾਚਾ ਸਿਆਂ, ਤੇ ਚਾਚਾ ਸਿਆਂ ਇਹ ਕਲ ਜੋਗਣਾ, ਇਹ ਮਿੰਟ ਨੀ ਲਾਉਂਦੀਆਂ ਸਾਡੀ ਪੱਗ ਪੈਰਾਂ ਚ ਰੋਲਣ ਨੂੰ। ਆਹੀ ਗੱਲਾਂ ਦਾ ਝੋਰਾ ਤਾਂ ਵੱਡ ਵੱਡ ਖਾਈ ਜਾਂਦਾ ਮੈਨੂੰ ਚਾਚਾ ਸਿਆਂ। ਪੈਗ ਪਾ ਕੇ ਦੇ ਯਾਰ ਮੈਨੂੰ, ਇਸੇ ਗੱਲੋਂ ਤਾਂ ਮੈਨੂੰ ਡਰ ਲੱਗਦਾ ਕਿਤੇ ਕਿਤੇ ਚਾਚੇ ਦੀ ਕੁੜੀ ਵਾਂਗ ਕੱਲ ਨੂੰ। ਨਹੀਂ ਨਹੀਂ ਓ ਭਤੀਜ, ਐ ਕਰੋ ਮੈਨੂੰ ਘਰੇ ਛੱਡੋ। ਇੱਕ ਮਿੰਟ ਖੜ ਜਾ ਬਾਬੇ। ਓਏ ਉੱਠ ਖੜੋ ਕੰਜਰੋ, ਨਹੀਂ ਤਾਂ ਮੈਂ ਇੱਥੇ ਡਿੱਗ ਪਊ। ਬੋਤਲ ਡੱਬ ਚ ਲਾ ਲਾ ਗੇਲਿਆ। ਗੇਲੇ ਚਲੋ ਯਾਰ, ਚਲੋ ਲੈ ਚਲੋ 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 ਤਾਰੀ ਚਲੋ 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 ਨਹੀਂ ਮੈਂ ਕੁੜੀ ਨਹੀਂ ਹੋਣ ਦੇਣੀ। ਕੱਲ ਹੀ ਇਹਦਾ ਜੂੜ ਵੜਦਾ ਡਾਕਟਰ ਕੋਲ ਜਾ ਕੇ। ਵਾਹ ਰੱਬਾ, ਕਿਤੇ ਵਿਹਲੇ ਬੈਠ ਕੇ ਜੱਟ ਦੇ ਲੇਖ ਲਿਖਿਆ ਤੂੰ। ਉਹ ਤੇਰੀ, ਉਹ ਡਿੱਗ ਪਿਆ ਮੇਰੇ ਕੱਚ ਦਾ ਸਮਾਨ। ਓਏ ਦੇਖੀ ਜੱਟੀਏ, ਕਿਤੇ ਮੋਚ ਮੂਚ ਤਾਂ ਨੀ ਆ ਗਈ। ਉਹ ਕਿੰਨੀ ਵਾਰ ਕਿਹਾ ਤੈਨੂੰ ਵੱਟਾਂ ਤੇ ਨਾ ਤੁਰਿਆ ਕਰ, ਉਹ ਵੱਟ ਤੇ ਤੁਰਨਾ ਸਿਖਾ ਲਾ ਕਿਤੇ। ਅੱਛਾ ਜੀ, ਐਨੀ ਫਿਕਰ ਹੈ ਮੇਰੀ? ਉਹ ਤੇਰੀ ਉਹ ਤਾਂ ਫਿਕਰ ਹੈ, ਹੋਰ ਮੇਰੇ ਪੱਲੇ ਕੀ ਹੈ? ਅੱਛਾ ਸੁਣੋ, ਖੁਸ਼ਖਬਰੀ ਹੈ। ਖੁਸ਼ਖਬਰੀ? ਉਹ ਕਿਹੜੀ ਬਈ? ਸਾਡੇ ਘਰ ਨਿੱਕਾ ਮਹਿਮਾਨ ਆਉਣ ਵਾਲਾ ਹੈ। ਓਏ ਸੱਚੀ? ਓ ਕੁੰਡਾ ਕੋਲ ਖੰਡਾ ਗਰੀਬ, ਓ ਕੁੰਡਾ ਕੋਲ ਨੀ ਪੱਟ ਨੂੰ ਚਗਾਟ ਜੱਟੀ, ਕਿਹੜੀ ਪਾਗਲ ਗਈ ਹੈ ਤੂੰ? ਹੈ ਮੈਂ ਘੰਟੇ ਦਾ ਐਵੇਂ ਪਾਗਲਾਂ ਵਾਂਗੂ ਗੇਟ ਗੜਕਾਈ ਜਾਣਾ ਹੈ ਜੀ? ਮੈਂ ਬਸ, ਚਲੋ ਰੋਟੀ ਖਾ ਲਓ। ਹੈ ਰੋਟੀ? ਅੱਜ ਫੇਰ ਪੀ ਕੇ ਆਏ ਹੋ ਤੁਸੀਂ? ਇਹ ਪੀ ਕੇ ਆਉਣ ਦਾ ਰੋਜ਼ ਦਾ ਕੰਮ ਹੋ ਗਿਆ ਤੁਹਾਡਾ? ਫਿਰ ਤੇਰਾ ਕੀ ਢਿੱਡ ਰੁਕਦਾ ਹੈ? ਆਪਣੇ ਪੱਲਿਓਂ ਪੀਣਾ, ਮੈਂ ਸਾਲੇ ਕਿਸੇ ਕੰਜਰ ਦੀ ਪੀਣਾ? ਗੱਲਾਂ ਮਾਰਦੀ ਹੈ। ਮੈਂ ਕਿਹਾ ਜੀ, ਹੋਇਆ ਕੀ ਹੈ ਤੁਹਾਨੂੰ? ਮੇਰੇ ਪੈਰਾਂ ਥੱਲੇ ਹੱਥ ਦੇਣ ਵਾਲਾ ਇਨਸਾਨ ਇੰਨਾ ਬਦਲ ਸਕਦਾ ਹੈ,
ਇਹ ਕਿੱਦਾਂ ਹੋ ਸਕਦਾ ਹੈ? ਉਹ ਤੂੰ ਜਿਹੜੀ ਪੀਤੀ ਉਹ ਵੀ ਤਾਰੇਗੀ ਮੇਰੀ, ਹਾਂ ਇਸ ਲਈ ਲੈਕਚਰ ਨਹੀਂ ਚਾਹੀਦਾ ਮੈਨੂੰ, ਨਹੀਂ ਚਾਹੀਦਾ ਲੈਕਚਰ। ਕੱਲ ਡਾਕਟਰ ਕੋਲ ਜਾਣਾ, ਅਬਾਰਸ਼ਨ ਕਰਾਣ, ਟਰਮੀਨਲ ਡਰਨੀ। ਹਾਂ ਮੈਂ ਨਹੀਂ ਜਾਣਾ। ਕੀ ਕਿਹਾ? ਤੇਰਾ ਤਾਂ ਬਾਪ ਵੀ ਜਾਊਗਾ, ਮੈਨੂੰ ਧੀ ਨਹੀਂ ਚਾਹੀਦੀ, ਨਹੀਂ ਚਾਹੀਦੀ ਮੈਨੂੰ ਧੀ, ਪੁੱਤ ਚਾਹੀਦਾ ਮੈਨੂੰ ਪੁੱਤ। ਮੈਂ ਨਹੀਂ ਜਾਣਾ, ਧੀ ਨਹੀਂ ਚਾਹੀਦੀ ਮੈਨੂੰ, ਪੁੱਤ ਚਾਹੀਦਾ ਮੈਨੂੰ ਪੁੱਤ, ਪੁੱਤ ਚਾਹੀਦਾ। ਮੈਂ ਪਾਪ ਨਹੀਂ ਹੋਣ ਦੇਣਾ, ਨਹੀਂ ਹੋਣ ਦੇਣਾ ਮੈਂ ਪਾਪ। ਮੇਰੀ ਧੀ ਜਨਮ ਲਊਗੀ, ਜਨਮ ਲਊਗੀ ਮੇਰੀ ਧੀ, ਨਹੀਂ ਹੋਣ ਦੇਣਾ ਮੈਂ ਪਾਪ। ਮੈਂ ਆਪਣੀ ਧੀ ਨੂੰ ਮਦਰ ਟ੍ਰੇਸਾ ਵਾਂਗ ਬਣਾਊਂਗਾ, ਕਲਪਨਾ ਚਾਵਲਾ ਵਾਂਗ ਬਣਾਊਂਗਾ, ਮਾਈ ਪਾਗੋ ਤੇ ਝਾਂਸੀ ਦੀ ਰਾਣੀ ਬਣਾਊਂਗਾ। ਮੇਰੀ ਧੀ ਜਨਮ ਲਊਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਗਏ ਨੇ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ। ਰੱਜੋ ਮੈਨੂੰ ਮਾਫ ਕਰ ਦੇ ਰੱਜੋ, ਮੈਂ ਤੇਰਾ ਗੁਨਾਹਗਾਰ ਹਾਂ ਰੱਜੋ, ਉਹ ਮੇਰੇ ਤੋਂ ਬਹੁਤ ਵੱਡਾ ਪਾਪ ਹੋਣ ਲੱਗਾ ਸੀ। ਉੱਤੀਆਂ ਤਾਂ ਗਊਆਂ ਹੁੰਦੀਆਂ ਨੇ ਓਏ ਰੱਬਾ, ਸੱਚੀ ਰੱਜੋ ਤੂੰ ਮੇਰੀਆਂ ਅੱਖਾਂ ਖੋਲਦੀਆਂ ਰੱਜੋ, ਮੈਂ ਕਿੱਡਾ ਵੱਡਾ ਪਾਪੀ ਆ, ਮੈਨੂੰ